ਇਸ ਲਾਈਵ ਸ਼ੋਅ ਦੀ ਦੌੜ ਵਿੱਚ ਸਿਰਫ 3 ਨਾਮ ਆਉਂਦੇ ਨੇ, ਉਹਨੇ ਜੀ ਸਿੱਧੂ ਮੂਸੇਵਾਲਾ, ਕਰਨ ਔਜਲਾ ਤੇ ਬੱਬੂ ਮਾਨ। ਬਾਕੀ ਸਿੰਗਰ ਤਾਂ ਇਕੱਠ ਕਰਨ ਵਿੱਚ ਇਹਨਾਂ ਸਿੰਗਰਾਂ ਦੇ ਨੇੜੇ ਤੇੜੇ ਵੀ ਨਹੀਂ। ਤੁਹਾਨੂੰ ਇਸ ਵੀਡੀਓ ਵਿੱਚ 5 ਸ਼ੋਅ ਦਿਖਾਵਾਂਗੇ ਜਿਨ੍ਹਾਂ ਵਿੱਚ ਸਭ ਤੋਂ ਵੱਧ ਇਕੱਠ ਹੋਇਆ, ਤੇ ਨਾਲ ਇਹ ਵੀ ਦੱਸਾਂਗੇ ਕਿਹੜੇ ਸ਼ੋਅ ਵਿੱਚ ਕਿੰਨਾ ਇਕੱਠ ਹੋਇਆ। ਨੰਬਰ 5 ਤੇ ਆਉਂਦਾ ਜੀ ਕਰਨ ਔਜਲਾ ਦਾ ਰੁੜਕੇ ਕਲਾਂ ਦਾ ਸ਼ੋਅ, ਜਿਸ ਵਿੱਚ ਕਰਨ ਔਜਲਾ ਨੇ 1.3 ਮਿਲੀਅਨ ਜਾਣੀ ਕਿ 1,30,000 ਬੰਦੇ ਦਾ ਇਕੱਠ ਕਰਕੇ ਵਿਰੋਧੀਆਂ ਦੇ ਮੂੰਹ ਬੰਦ ਕਰ ਦਿੱਤੇ। ਆਓ ਦੇਖਦੇ ਹਾਂ ਜੀ ਕਰਨ ਔਜਲਾ ਦਾ ਰੁੜਕੇ ਕਲਾਂ ਦਾ ਸ਼ੋਅ। ਕਹਿੰਦਾ ਐਸ਼ ਅਸੀਂ ਵੀ ਬਹੁਤ ਕੀਤੀ ਹੈ, ਕਾਲੇ ਧੰਦਿਆਂ ਤੇ ਨਹੀਂ ਕੀਤੀ, ਦਾਰੂ ਅਸੀਂ ਵੀ ਬਹੁਤ ਪੀਤੀ ਹੈ, ਗਹਿਰਾਂ 'ਚ ਬਹਿ ਕੇ ਨਹੀਂ ਪੀਤੀ, ਉਹ ਵੀਰੇ ਹਵਾ ਤਾਂ ਸਾਡੇ 'ਚ ਵੀ ਬਹੁਤ ਆ ਪਰ ਆਪਣੇ ਬੰਦਿਆਂ ਤੇ ਨਹੀਂ ਕੀਤੀ। ਨੰਬਰ 4 ਤੇ ਆਉਂਦਾ ਜੀ ਸਿੱਧੂ ਮੂਸੇਵਾਲੇ ਦਾ ਦਿੱਲੀ ਦਾ ਲਾਈਵ ਸ਼ੋਅ, ਸਿੱਧੂ ਮੂਸੇਵਾਲੇ ਨੇ ਦਿੱਲੀ ਲਾਈਵ ਸ਼ੋਅ 1.6 ਮਿਲੀਅਨ ਜਾਣੀ ਕਿ 1,60,000 ਦਾ ਇਕੱਠ ਕਰਕੇ ਦਿੱਲੀ ਵਿੱਚ ਸਿੱਧੂ ਮੂਸੇਵਾਲਾ ਗੂੰਜਣ ਲਾ ਦਿੱਤੀ। ਨੰਬਰ 3 ਤੇ ਆਉਂਦਾ ਜੀ ਕਰਨ ਔਜਲੇ ਦਾ ਚੰਡੀਗੜ੍ਹ ਦਾ ਲਾਈਵ ਸ਼ੋਅ, ਜਿੱਥੇ ਕਰਨ ਔਜਲੇ ਨੇ 1,80,000 ਦਾ ਇਕੱਠ ਕਰਕੇ ਸਿੱਧੂ ਮੂਸੇਵਾਲੇ ਦਾ ਦਿੱਲੀ ਲਾਈਵ ਸ਼ੋਅ ਦਾ ਰਿਕਾਰਡ ਤੋੜ ਦਿੱਤਾ ਸੀ। ਉੱਤੇ ਆਉਂਦਾ ਹੈ ਸਿੱਧੂ ਮੂਸੇਵਾਲੇ ਦਾ ਦਿੜਬੇ ਦਾ ਲਾਈਵ ਸ਼ੋਅ, ਜਿੱਥੇ ਸਿੱਧੂ ਮੂਸੇਵਾਲਾ ਨੇ 4,70,000 ਦਾ ਇਕੱਠ ਕਰਕੇ ਕਰਨ ਔਜਲਾ ਦੇ ਸਾਰੇ ਰਿਕਾਰਡ ਤੋੜ ਦਿੱਤੇ। ਵੀਹ ਵਿੱਚ ਜਿਹੜੇ ਨੇ ਆਪਣੇ ਲਾਈਵ ਸ਼ੋਅ ਤੇ ਸਭ ਤੋਂ ਵੱਧ ਇਕੱਠ ਕੀਤਾ, ਉਹ ਨਾਮ ਹੈ ਜੀ ਬੱਬੂ ਮਾਨ। ਬੱਬੂ ਮਾਨ ਨੇ ਆਪਣੇ ਦਿੜਬੇ ਸ਼ੋਅ ਤੇ 5 ਲੱਖ ਦਾ ਇਕੱਠ ਕਰਕੇ ਸਾਰੇ ਸਿੰਗਰਾਂ ਦੇ ਰਿਕਾਰਡ ਤੋੜ ਦਿੱਤੇ। ਆਓ ਦੇਖਦੇ ਜੀ ਬੱਬੂ ਮਾਨ ਦਾ ਦਿੜਵੇ ਸ਼ੋਅ ਦਾ ਇਕੱਠ। ਨਹੀਂ ਸਾਨੂੰ ਨਿੱਕ ਲਿੱਕਾਂ ਪੈਂਦੀਆਂ, ਓਏ ਸਾਨੂੰ ਹੁੰਦੇ ਨੀ ਵੀ ਉਹ ਸਰਕਾਰੇ, ਓਏ ਸਾਨੂੰ ਨਿੱਕ ਲਿੱਕਾਂ ਪੈਂਦੀਆਂ, ਸਾਨੂੰ ਹੁੰਦੇ ਨੀ ਵੀ ਉਹ ਸਰਕਾਰੇ, ਨਿਖਾਣਿਆਂ ਦਾ ਇਕੱਠ ਦੱਸਦਾ ਕੌਣ।